ਹਾਂਜੀ, ਮੈਂ ਗੱਲ ਕਰ ਰਿਹਾ ਸੀ ਪੁਰਾਣੇ ਮੁਹੱਲਿਆਂ ਦੀ। ਪ੍ਰੀ ਪਾਰਟੀਸ਼ਨ ਮੁਹੱਲਿਆਂ ਨੂੰ ਕੈਲਕੂਲੇਟ ਕਰਦੇ ਹੋਇਆਂ ਐਟਲੀਸਟ ਮੈਂ ਪਹੁੰਚ ਗਿਆ ਉਸ ਜਗ੍ਹਾ ਦੇ ਉੱਤੇ ਜਿਹਨੂੰ ਕਿ ਮੁਹੱਲਾ ਗੁਰੂ ਨਾਨਕਪੁਰਾ ਕਿਹਾ ਜਾਂਦਾ ਹੈ। ਕਾਫੀ ਤੱਕ ਉਹ ਦੋਸਤ ਦੇ ਬਾਅਦ ਮੈਂ ਇਸ ਬਾਜ਼ਾਰ ਤੱਕ ਪਹੁੰਚਿਆ, ਜਾਂ ਕਹਿ ਸਕਦੇ ਹੋ ਤੁਸੀਂ ਕਿ ਹਿਸਟਰੀ ਦੀ ਖੋਜ ਕਰਦੇ ਹੋਏ ਮੈਂ ਪਾਕਿਸਤਾਨ ਤੋਂ ਅਮੈਰੀਕਾ, ਅਮੈਰੀਕਾ ਤੋਂ ਆਸਟ੍ਰੇਲੀਆ, ਆਸਟ੍ਰੇਲੀਆ ਤੋਂ ਮਲੇਸ਼ੀਆ, ਔਰ ਸਾਰੇ ਕੋਂਟੀਨੈਂਟ ਕਰਦੇ ਹੋਏ ਮੈਂ ਦੁਬਾਰਾ ਵਾਪਸ ਪਾਕਿਸਤਾਨ ਪਹੁੰਚਿਆ ਸੀ। ਅਤੇ ਇੱਕ ਵਾਰੀ ਫਿਰ ਐਕਸਪਲੋਰਿੰਗ ਦਾ ਜਿਹੜਾ ਜਨੂੰਨ ਹੈ ਉਹ ਆਪਣੇ ਸਿਰ ਦੇ ਉੱਤੇ ਵਿਆ। ਤੁਸੀਂ ਦੇਖ ਸਕਦੇ ਹੋ, ਬਹੁਤੀ ਦੇਰ ਨਹੀਂ ਲਵਾਂਗਾ ਤੁਹਾਡੀ ਮੈਂ, ਔਰ ਮੈਂ ਤੁਹਾਨੂੰ ਦਿਖਾਉਂਦਾ ਵਾਂ ਇਹ ਇੰਟਰਸਟ ਹੈ ਜੀ ਮੁਹੱਲੇ ਦੀ। ਇਸ ਮੁਹੱਲੇ ਨੂੰ ਜਿਹੜਾ ਗੁਰੂ ਨਾਨਕਪੁਰਾ ਕਿਹਾ ਜਾਂਦਾ, ਮੁਹੱਲਾ ਗੁਰੂ ਨਾਨਕਪੁਰਾ, ਇਹ ਗੇਟ ਹੈ, ਇਹਦਾ ਗੇਟ ਤੋਂ ਅੰਦਰ ਜਿਹੜਾ ਮੁਹੱਲਾ ਹੈ ਇਹਨੂੰ ਗੁਰੂ ਨਾਨਕਪੁਰਾ ਕਿਹਾ ਜਾਂਦਾ ਜੀ। ਇਹ ਰਾਵਲ ਪਿੰਡੀ ਦਾ ਮੇਨ ਗੁਰੂ ਨਾਨਕਪੁਰਾ, ਔਰ ਇਹਦਾ ਗੇਟ ਹੈ ਸਿਕਿਓਰ, ਯਾਨੀ ਕਿ ਰੈਜੀਡੈਂਸ ਫੋਰਸ ਖਾਲਸਾ ਜਿਹੜੀ ਸੀ ਉਹ ਇਸ ਜਗ੍ਹਾ ਦੇ ਉੱਤੇ ਸੀ, ਔਰ ਬਹੁਤ ਸੋਹਣੇ ਸੋਹਣੇ ਆਰਕੀਟੈਕਚਰ ਜਿਹੜੇ ਨੇ ਟਿਲ ਨੋ ਅਵੇਲੇਬਲ ਨੇ ਮੁਹੱਲੇ ਦੇ ਵਿੱਚ। ਅਗਰ ਤੁਸੀਂ ਦੇਖਦੇ ਹੋ ਤਾਂ ਲੰਮੀਆਂ ਲੰਮੀਆਂ ਹਵੇਲੀਆਂ ਜਿਹੜੀਆਂ ਨੇ ਤੁਹਾਡਾ ਸਵਾਗਤ ਕਰਦੀਆਂ ਨੇ ਜਿਸ ਵੇਲੇ ਤੁਸੀਂ ਮੁਹੱਲੇ ਦੇ ਅੰਦਰ ਐਂਟਰ ਹੁੰਦੇ ਹੋ। ਇਹ ਦੇਖੋ ਤੁਸੀਂ, ਅਮੇਜ਼ਿੰਗ। ਵੈਸੇ ਤਾਂ ਰਾਵਲਪਿੰਡੀ ਦੇ ਬਾਰੇ 'ਚ ਜਦੋਂ ਵੀ ਮੈਂ ਕੋਈ ਪ੍ਰੋਗਰਾਮ ਲੈ ਕੇ ਆਉਂਦਾ ਵਾਂ ਤਾਂ ਉਹ ਅਮੇਜ਼ਿੰਗ ਹੁੰਦਾ ਆਰਕੀਟੈਕਚਰ, ਡੋਰਸ ਵਗੈਰਾ, ਵਿੰਡੋਜ਼ ਵਗੈਰਾ ਜਿਹੜੇ ਨੇ ਉਹਨਾਂ ਦਾ ਕੋਈ ਜੋੜ ਨਹੀਂ ਹੈ ਹੋਰ। ਲੇਕਿਨ ਇਹ ਮੁਹੱਲਾ ਜਿਹੜਾ ਖਾਲਸ ਤੌਰ ਦੇ ਉੱਤੇ ਖਾਲਸਾ ਪੰਥ ਦੇ ਨਾਲ ਜੁੜਿਆ ਹੋਇਆ, ਜਿਹਦਾ ਕਿ ਨਾਮ ਹੀ ਮੁਹੱਲਾ ਗੁਰੂ ਨਾਨਕਪੁਰਾ ਸੀ। ਸੋਹਣੇ ਉੱਚੇ ਅਤੇ ਵੱਡੇ ਵੱਡੇ ਘਰ ਜਿਹੜੇ ਨੇ ਆਪਣੀ ਅੱਜ ਵੀ ਅਸਲ ਹਾਲਤ ਦੇ ਵਿੱਚ ਮੌਜੂਦ ਨੇ। ਬਹੁਤ ਜ਼ਿਆਦਾ ਸਾਰੇ ਲੋਕ ਜ਼ਿਕਰ ਕਰਦੇ ਨੇ ਕਿ ਰਾਵਲਪਿੰਡੀ ਦੇ ਅੰਦਰ ਉਹਨਾਂ ਦੇ ਪੁਰਖ ਜਿਹੜੇ ਨੇ ਉਹ ਵੱਸ ਕੇ ਗਏ, ਲੇਕਿਨ ਮੈਂ ਕਹਾਂਗਾ ਕਿ ਇੰਨੇ ਪਿਆਰੇ ਔਰ ਇੰਨੇ ਅੱਛੇ ਘਰ ਜਿਹੜੇ ਨੇ ਮੈਂ ਜਾਂ ਤਾਂ ਦੇਖੇ ਨੇ ਅਕਾਲਗੜ੍ਹ ਦੇ ਵਿੱਚ, ਔਰ ਅਕਾਲਗੜ੍ਹ ਤੋਂ ਬਾਅਦ ਮੁਹੱਲਾ ਗੁਰੂ ਨਾਨਕਪੁਰਾ ਦੇ ਅੰਦਰ ਮੈਂ ਦੇਖ ਰਿਹਾ। ਡੈਫੀਨੇਟਲੀ ਸੁਰਾਗ ਲਾਉਣਾ ਪਏਗਾ ਕਿ ਮੁਹੱਲਾ ਗੁਰੂ ਨਾਨਕਪੁਰਾ, ਤਾਂ ਇੱਥੇ ਗੁਰਦੁਆਰਾ ਵੀ ਹੋਣਾ ਚਾਹੀਦਾ। ਹਮੇਸ਼ਾ ਦੀ ਤਰ੍ਹਾਂ ਲਾਈਵ ਖੋਜ ਹੀ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ ਕਿ ਲਾਈਵ ਹੀ ਤੁਹਾਨੂੰ ਲੱਭ ਕੇ ਦੱਸਾਂਗਾ ਕਿ ਵੀ ਫਲਾਂ ਚੀਜ਼ ਜਿਹੜੀ ਹੈ ਉਹ ਕਿੱਥੇ ਮੌਜੂਦ ਸੀ। ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਅੱਜ ਵੀ ਅਨਮੁੱਲੇ ਖਜ਼ਾਨੇ ਜਿਹੜੇ ਕਿ ਰਾਵਲਪਿੰਡੀ ਦੇ ਅੰਦਰ ਛੁਪੇ ਪਏ ਨੇ। ਮੇ ਬੀ ਬਹੁਤ ਕੁਛ ਡਿਸਕਵਰ ਹੁੰਦਾ, ਲੇਕਿਨ ਉਹਦੇ ਵਾਸਤੇ ਟਾਈਮ ਰਿਕੁਆਇਰਡ ਹੁੰਦਾ। ਯੈਸ, ਵਨ ਆਫ ਥਿੰਗ ਆਮ ਸਰਚਿੰਗ ਫੋਰ ਦੈਟ, ਲੈਟ ਹਰ ਰਾਈਟ ਡਾਊਨ ਗਲੀ ਨੰਬਰ, ਮਕਾਨ ਨੰਬਰ 153A, ਗਲੀ ਨੰਬਰ 3, ਨਾਨਕਪੁਰਾ ਐਂਡ ਰਾਵਲਪਿੰਡੀ, ਇਨ ਆ ਉਰਦੂ ਟੈਕਸਟ ਆਵਰ ਰਾਈਟ ਡਾਊਨ ਦੇ, ਇਨ ਆ ਇੰਗਲਿਸ਼ ਯੂ ਕੈਨ ਰੀਡ ਇਟ, ਯੂ ਸੀ ਨਾਨਕਪੁਰਾ ਦੀ ਰਾਵਲਪਿੰਡੀ UC 36। ਹੁਣ ਤਾਂ ਕਲੀਅਰ ਹੈ ਬਿਲਕੁਲ ਕਿ ਵੀ ਇਸ ਜਗ੍ਹਾ ਦਾ ਨਾਮ ਚੇਂਜ ਨਹੀਂ ਹੋਇਆ। ਬਹੁਤ ਜ਼ਿਆਦਾ ਸਾਰੀਆਂ ਜਗ੍ਹਾ ਦੇ ਨਾਮ ਚੇਂਜ ਹੋਏ ਸਨ, ਨਾਮ ਚੇਂਜ ਹੋਣ ਤੋਂ ਬਾਅਦ ਜਿਹੜੇ ਨਾਮ ਰੱਖੇ ਗਏ ਸਨ ਮੈਂ ਉਹ ਵੀ ਤੁਹਾਨੂੰ ਦੱਸਿਆ ਸੀ, ਕਿਉਂਕਿ ਇਸ ਤੋਂ ਪਹਿਲੇ ਮੈਂ ਤੁਹਾਨੂੰ ਅਕਾਲਗੜ੍ਹ, ਅੰਗਦਪੁਰਾ, ਗੋਬਿੰਦਪੁਰਾ, ਅਰਜਨਪੁਰਾ, ਮਧਨਪੁਰਾ ਔਰ ਮੋਹਨਪੁਰਾ, ਇਹ ਸਾਰੇ ਪੂਰੇ ਮੈਂ ਦਿਖਾ ਚੁੱਕਿਆ ਵਾਂ, ਔਰ ਬਹੁਤ ਜ਼ਿਆਦਾ ਸਾਰੇ ਓਲਡ ਆਰਕੀਟੈਕਚਰ ਦੇ ਨਾਲ, ਔਰ ਉਹ ਸਾਰਾ ਚੀਜ਼ਾਂ ਜਿਹੜੀਆਂ ਨੇ ਹਮੇਸ਼ਾ ਤੋਂ ਜੋ ਕਿ ਜੁੜੀਆਂ ਹੋਈਆਂ ਰਾਵਲਪਿੰਡੀ ਦੇ ਹੈਰੀਟੇਜ ਦੇ ਨਾਲ। ਰਾਵਲਪਿੰਡੀ ਦਾ ਹੈਰੀਟੇਜ ਅਗਰ ਖੋਜਣ ਵਾਸਤੇ ਨਿਕਲਾਂ, ਵੈਸੇ ਤਾਂ ਕਾਫੀ ਜ਼ਿਆਦਾ ਤੁਸੀਂ ਅਗਰ ਦੇਖੋ ਤਾਂ ਇਹਦੀ ਹਿਸਟਰੀ ਜਿਹੜੀ ਹੈ ਬਹੁਤ ਜ਼ਿਆਦਾ ਪੁਰਾਣੀ। ਮੈਂ ਦੱਸਿਆ ਕਿ ਮੁਗਲ ਇੰਪਾਇਰ ਤੋਂ ਸ਼ੁਰੂ ਹੁੰਦੀ ਹੈ, ਲੇਕਿਨ ਮੁਗਲ ਇੰਪਾਇਰ ਤੋਂ ਬਾਅਦ ਜਿਹੜਾ ਅਰੂਜ ਮਿਲਦਾ ਉਹ ਖਾਲਸਾ ਦੌਰ ਦੇ ਵਿੱਚ ਹੈ। ਲੇਕਿਨ ਖਾਲਸਾ ਦੌਰ ਦੇ ਵਿੱਚ ਵੀ ਨੌਰਥ ਵੈਸਟ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਰਸ਼ ਨਹੀਂ ਹੁੰਦਾ, ਲੇਕਿਨ ਬ੍ਰਿਟਿਸ਼ ਇੰਪਾਇਰ ਦੇ ਵਿੱਚ ਆ ਕੇ ਅਤੇ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਹਾਈਲਾਈਟ ਹੁੰਦੀਆਂ ਨੇ, ਖਾਸ ਕਰਕੇ ਖਾਲਸਾ ਪੰਥ ਦਾ ਹੈੱਡਕੁਆਟਰ। ਖਾਲਸਾ ਪੰਥ ਦਾ ਹੈੱਡਕੁਆਟਰ ਜਿਹੜਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵੀ ਰਾਵਲਪਿੰਡੀ ਜਿਹੜਾ ਪੰਜਾਬੀਆਤ ਦਾ ਗੜ੍ਹ ਰਿਹਾ ਔਰ ਹੈੱਡਕੁਆਟਰ ਰਿਹਾ। ਸਪਲੈਂਡਿਡ ਆਰਕੀਟੈਕਚਰ ਔਰ ਮੁਹੱਲਾ ਗੁਰੂ ਨਾਨਕਪੁਰਾ। ਆਈ ਥਿੰਕ ਬਿਫੋਰ ਮੀ ਨੋ ਵਨ ਟੂ ਸ਼ੋ ਮੁਹੱਲਾ ਗੁਰੂ ਨਾਨਕਪੁਰਾ, ਇਟਸ ਅ ਨਿਊ ਡਿਸਕਵਰੀ। ਮੁਝੇ ਆਪਣਾ ਕੰਮ ਕਰਨਾ।
जी हाँ जी, मैं कहूँगा कि इस तो पहले इस मोहल्ले के बारे दे विच मैं सुनता रहा, लेकिन मैं कभी भी एक्सप्लोर करन वास्ते नहीं निकलिया सी। बकायदा तौर दे उत्ते दे गेट्स लगे हुए ने, ठीक है जी, और मोहल्ले दियाँ गलियाँ बिल्कुल सेम लाइक अकालगढ़ है कि जिस तरह वैल मेनटेनड एरिया जोड़े सन रावलपिंडी के। तुम देख सकते हो एक और गेट नज़र आ रहा है, यह भी मोहल्ला गुरु नानकपुर का है। एक होर थोनों एक बिल्डिंग दिखाना वा जी कि बहुत खूबसूरत है। जी हाँ, तुसी कह सकते हो कि वैल मेनटेनड है, देख सकते हो तुसी प्री पार्टीशन आर्कीटेक्चर है, लेकिन बहुत ही खूबसूरत। तुसी देख रहे हो मोहल्ला गुरु नानकपुरा, दैट्स ब्यूटीफुल डोर आर्कीटेक्चर। वुडन कर्विंग का वर्क है, लेकिन बिल्कुल टोटली डिफरेंट है, एक दरवाज़ा दूसरे दरवाजे के नाल नहीं मिलता। टुडे आई एम एक्सप्लोरिंग मोहल्ला गुरु नानकपुरा, पहले पातशाह के नाम के उत्ते वसाया गया रावलपिंडी के अंदर। यह मोहल्ला राजा बाजार तो DHQ डिस्ट्रिक्ट हॉस्पिटल के बिल्कुल नज़दीक कश्मीरी बाजार, और कश्मीरी बाजार तो तुसी अंदर दाखिल होवो तो उत्थे तुहानू मिलेगा मोहल्ला गुरु नानकपुरा। घरां दा आर्कीटेक्चर बहुत प्यारे ने। मैं तलाश विच हाँ कि मोहल्ला गुरु नानकपुरे का आखिर गुरुद्वारा साहिब कित्थे हुंदा सी। सूर्यवंशी बिल्डिंग, अनदर ब्यूटीफुल हाउस। सर्चिंग असन सम साइन ऑफ अ खालसा, यस आई थिंक इट्स लुक लाइक अ गुरुद्वारा, बट बिफोर टू नो आई कुड नॉट से। लेकिन आ बिल्डिंग बिल्कुल अमेजिंगली उस तरह ही है जिस तरह के बाकी गुरुघर होंगे सन। एक होर दरवाज़ा है मोहल्ला गुरु नानकपुरे का, इस तरह कुल मिला के तकरीबन 8 दरवाजे जोड़े सन इस मोहल्ले के। एक गेट तुसी उस पास देख सकते हो, और कुछ है तुहानू प्री पार्टीशन लगे हुए सरामिक्स द टाइल्स। आज दिखा रहे हैं जी मैं रावलपिंडी का गुरु नानकपुरा मोहल्ला, पहले पातशाह के नाम देते वसाया गया मोहल्ला है। थैंक यू इमरान विलियम। स्प्लेंडेड आर्किटेक्चर, मोस्टली दरीचे छज्जे कश्मीरी स्टाइल में जड़े ने, वो तुहानू जा बजा मैं दस्या सी कि रावलपिंडी दे मोर दैन 1000 डिफरेंट काइंड ऑफ विंडोज डोर्स एंड आर्कीटेक्चर जोड़े ने वो अवेलेबल ने। यस, फिर तो एक बार मैं रावलपिंडी की हिस्ट्री रिपीट करता चलना वा कि रावलपिंडी जोड़ा कि खालसा पंथ का कभी हेडक्वार्टर रहा है। आज मैं फिर उत्थे आया वहाँ, और मैं तुम दिखा रहा हूँ मोहल्ला गुरु नानकपुरा। थोड़ी जी पूछगछ तो बाद पता चलेगा कि गुरुद्वारा साहिब कित्थे हुंदा सी। इस किले का बहुत सोने बहुत वड्डे और उच्चे उच्चे घर ने जिहड़े कि रावलपिंडी दे विच तंग तारीक बाजार नज़र आते हैं, तंग गलियां नज़र आंदियां ने। लेकिन अकालगढ़ फस्ट ऑफ ऑल वेरी वेरी डिवेल्प आकी प्लैन के उत्ते बनया होया जोड़ा वो सी, और दूसरे नंबर पर मैं अगर कोई जगह नज़र आ रही है तो वह है मोहल्ला गुरु नानकपुरा। मोहल्ला गुरु नानकपुरे की आउटस्ट्रैक्स तुम देख सकते हो कि 8 गेट का मैं जिक्र किया जेडे कि मेन है 8 गेट ने। उम्मीद करता हाँ मेरी अज की खोज जी है तुहानू पसंद आई होगी।
और आज मैं दिखा रहा हूँ मोहल्ला गुरु नानकपुरा रावलपिंडी। टोटल घर खालसा पंथ के नाल बिलोंग करते सन। यह सब तुहानू जिन्हें भी उच्चे उच्चे चुबारे नज़र आ रहे हैं, यह सब हवेलियां ने। कोई भी घर दो कनाल डेढ़ कनाल तो घट नहीं हैगा। देखो कि प्री पार्टीशन जिन्हां लोगों के डेढ़ कनाल तो दो कनाल के घर होंगे होंगे, वैल्थ वाइज वो लोग किन्ने स्ट्रोंग होंगे होंगे। अनदर अ डिफरेंट डोर वुडन कर्विंग जिड़ी कि मैं गल की सी 1000 की, तो इस तरह कुल मिला के तुसी अगर देखते हो तो हर घर का दरवाज़ा जोड़ा उदा टोटली डिज़ाइन डिफरेंट है। अमेजिंग। अनदर वन यू आर वाचिंग मोहल्ला गुरु नानकपुरा रावलपिंडी। वेल्थ वाइज लोग किन्ने मजबूत होंगे, मैं सिर्फ इस गल की गल कर रहा हूँ कि आखिर यह घर जड़े ने 10 मरले तो छोटा नहीं और डेढ़ कनाल दो कनाल के उ फैलिया हुई हैं। देख सकते हो तुसी एक होर सिस्टर शैलीन। आज मैं मोहल्ला गुरु नानकपुरा दे विच आया होया वहाँ। छोटे छोटे बच्चे मोहल्ला गुरु नानकपुरा दे ठीक हो, क्या नाम है तेरा? फिजा। ऐसा नाम क्या है? मिलान। वाह, हर जगह का अपना रंग है और हर जगह की अपनी तवारीख है। तो गल कर रहे हैं खालसा पंथ के हेडक्वार्टर की, जिन्हों के रावलपिंडी कहा जाता है। और तुसी देख रहे हो मोहल्ला गुरु नानकपुरा। हाँ, ये देख सकते हो घर बड़ा खूबसूरत तरीके ने सजाया गया है। थैंक यू दीप वीर जी, थैंक यू, थैंक्स ऑल ऑफ यू टू वॉचिंग। आज मेरे बहुत दरीना ख्वाब पूरी हुई है कि मैं इस मोहल्ले नूं काफ़ी देर तो लभ रहा सी, लेकिन मोहल्ला मैं लभ नहीं सी रहा। प्राइमरी सोर्स कि जिथे घर हुंदा है उहदे बाहर कोई ना कोई फट्टी लगी हुंदी है जिहदे उत्ते मोहल्ले का नाम लिखा हुंदा है। तो इस तरह मैं तुहानूं अज दिखाया मोहल्ला गुरु नानकपुरा और वैल मेनटेनड। मैं कहाँगा कि उस वक्त का जो सब तो अच्छा और वैल मेनटेन एरिया से दरवाजे लगे हुए सन, 8 दरवाजे सन। दरवाजे अज भी मौजूद ने, लेकिन फिर गल आती है कि बस सब कुछ बदल जाता जदों तवारीख अपने पल्ले पलटती है। तो देखते रहो तुसी फिर खालसा राज फुटस्टेप्स इन पाकिस्तान। और खालसा खालसा राजपूत स्टेप्स में लैके ही मैं मोहल्ला गुरु नानकपुरा के अंदर आज आया से। यह है रावलपिंडी का मोहल्ला गुरु नानकपुरा और मैं हाँ थोड़ा अपना होस्ट बाबा जी। उम्मीद करता हाँ मेरी अज की यह खोज जड़ी है जी एदा इंद्रजीत वीर जी अज भी यदा नाम जड़ा है सेम है। इनू मोहल्ला गुरु नानकपुरा तो जाने जाता है और मैं थोनों तो घर के अंदर भी दिखा के आया वहाँ कि जोड़े घर के बाहर जड़े ने नाम दियाँ तख्तियाँ और फटियाँ जड़िया ने वो अज भी उन्होंने उत्ते नाम जोड़ा मोहल्ला गुरु नानकपुरा ही लिखा हुआ है।